ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਅਤੇ ਆ ਜਾਓ ਫਿਰ ਆਪਾਂ ਤੁਹਾਨੂੰ ਇੱਕ ਵਧੀਆ ਚੀਜ਼ ਦਿਖਾਈਏ ਜਿਹੜੀ ਕਿ ਆਪਾਂ ਵੀ ਰੋਜ਼ ਉਹਨੂੰ ਇਸਤੇਮਾਲ ਕਰਦੇ ਹਾਂ, ਖਾਂਦੇ ਹਾਂ ਜੀ। ਅਤੇ ਤੁਹਾਡੀ ਖਾਤਰ ਵੀ ਅੱਜ ਮੈਂ ਵੀਡੀਓ ਬਣਾਈ ਹੈ ਵੀ ਤੁਸੀਂ ਵੀ ਇਹਨੂੰ ਅਗਰ ਵਰਤਦੇ ਹੋ ਤਾਂ ਬਿਲਕੁਲ ਸਵਸਥ ਰਹੋਗੇ, ਕਦੇ ਤੁਹਾਡਾ ਪੇਟ ਨਹੀਂ ਖਰਾਬ ਹੋਊਗਾ ਜੀ, ਕਦੇ ਖੱਟੇ ਡਕਾਰ ਨਹੀਂ ਆਉਂਦੇ ਹੈਗੇ, ਕਦੇ ਬਦ ਹਜ਼ਮੀ ਨਹੀਂ ਹੋਊਗੀ। ਅਤੇ ਮੈਂ ਅੱਜ ਲੱਗੀ ਸੀ ਇਹਨੂੰ ਤਿਆਰ ਕਰਨ, ਅਤੇ ਮੈਂ ਕਿਹਾ ਚਲੋ ਅੱਜ ਰਸੋਈ ਦੇ ਵਿੱਚ ਆਪਾਂ ਬੜੇ, ਅਤੇ ਮੈਂ ਕਿਹਾ ਚਲੋ ਆਪਾਂ ਤਿਆਰ ਕਰਦੇ ਅਤੇ ਨਾਲ ਨਾਲ ਤੁਹਾਨੂੰ ਇਹਦੀ ਵੀਡੀਓ ਬਣਾ ਕੇ ਦਿਖਾਉਂਦੇ ਹਾਂ ਵੀ ਇਹ ਕੀ ਚੀਜ਼ ਹੈਗੀ ਹੈ। ਮੈਂ ਰੱਖ ਲਿਆ ਜੀ ਇੱਕ ਪਾਸੇ ਦੁੱਧ ਅਤੇ ਇੱਕ ਪਾਸੇ ਕੜਾਹੀ, ਮੈਂ ਕਿਹਾ ਨਾਲ ਨਾਲ ਦੁੱਧ ਵੀ ਗਰਮ ਹੋ ਜੇ, ਫਿਰ ਦੁੱਧ ਦੀ ਖਾਤਰ ਸਪੈਸ਼ਲ ਇਹਦੇ ਕੋਲੇ ਖੜਨਾ ਪੈਂਦਾ ਕਿਉਂਕਿ ਦੁੱਧ ਦਾ ਇਹ ਨਹੀਂ ਪਤਾ ਕਦੋਂ ਉਬਲ ਕੇ ਅਤੇ ਬਾਹਰ ਆ ਜੇ। ਆ ਲਈਆਂ ਜੀ ਆਪਾਂ ਜੰਗ ਹਰੜਾਂ ਜਿਹੜੀਆਂ ਕਿ ਆਪਾਂ ਹੁਣ ਤਿਆਰ ਕਰਨੀਆਂ ਨੇ ਖਾਣ ਵਾਸਤੇ। ਇਹ ਕਿਵੇਂ ਤਿਆਰ ਕਰਨੀਆਂ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ, ਚੰਗੀ ਲੱਗੀ ਤਾਂ ਇਹਨੂੰ ਸੇਵ ਕਰਕੇ ਰੱਖਿਆ ਕਰੋ ਜੀ ਤੁਸੀਂ, ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ, ਦੁਬਾਰੇ ਜੇ ਸੁਣਨੀ ਹੋਵੇ ਤਾਂ ਤੁਸੀਂ ਬੜੇ ਆਰਾਮ ਨਾਲ ਇਹਨੂੰ ਸੁਣ ਸਕਦੇ ਹੋ। ਠੀਕ ਹੈ ਜੀ, ਆਪਾਂ ਲਿਆ ਜੀ ਦੇਸੀ ਘਿਓ, ਇਹਨੂੰ ਪਾ ਲਿਆ ਜੀ ਕੜਾਹੀ ਦੇ ਵਿੱਚ, ਕੜਾਹੀ ਗਰਮ ਕਰਕੇ। ਠੀਕ ਹੈ ਜੀ, ਕੌਲੀ ਸਾਰਾ ਘਿਓ ਪਾ ਲਓ ਜਿਹਦੇ ਵਿੱਚ ਇਹ ਵਿਚਾਰੀਆਂ ਡੁੱਬ ਜਾਣ। ਠੀਕ ਹੈ, ਅਗਰ ਆ ਥੋੜ੍ਹਾ ਰਹਿ ਗਿਆ ਘਿਓ ਤਾਂ ਫਿਰ ਇਹ ਕਰੜੀਆਂ ਜੀਆਂ ਹੋ ਜਾਂਦੀਆਂ ਜੀ, ਡੁੱਬਦੀਆਂ ਨਹੀਂ ਪੂਰੀਆਂ, ਅਤੇ ਹਏ ਘਿਓ ਕੰਮ ਆ ਜਾਂਦਾ ਜੀ, ਸਬਜ਼ੀ ਦੇ ਤੜਕਾ ਵਗੈਰਾ ਲੱਗ ਜਾਂਦਾ, ਕੋਈ ਦਿੱਕਤ ਵਾਲੀ ਗੱਲ ਨਹੀਂ। ਅਤੇ ਦੂਜੇ ਪਾਸੇ ਆਪਣਾ ਦੁੱਧ ਗਰਮ ਹੋਈ ਜਾਂਦਾ ਭਾਈ, ਅਤੇ ਮੈਂ ਕਿਹਾ ਚਲੋ ਨਾਲ ਨਾਲ ਇੱਕ ਪੰਥ ਦੋ ਕਾਜ, ਹੈ ਨਾ, ਇੱਕ ਕੰਮ ਕਰਦੇ ਕਰਦੇ ਅਤੇ ਨਾਲ ਕਈ ਨਿਬੇੜ ਲਈ ਦੀ ਹੈ ਜਦੋਂ ਰਸੋਈ 'ਚ ਬੜੀਦਾ ਹੈਗਾ। ਅਤੇ ਆਹ ਦੇਖੋ ਤੁਸੀਂ ਘਿਓ ਹੋ ਗਿਆ ਗਰਮ, ਜਦੋਂ ਇਹ ਪੂਰਾ ਗਰਮ ਹੋਇਆ ਨਾ ਘਿਓ, ਉਦੋਂ ਆਪਾਂ ਇਹਨੂੰ ਇਸਤੇਮਾਲ ਕਰਨਾ ਜੀ। ਇੱਕ ਵਾਰੀ ਤੁਸੀਂ ਇਹਨੂੰ ਸੇਕ 'ਤੇ ਪਿਆ ਰਹਿਣ ਦਿਓ, ਅਤੇ ਤੁਸੀਂ ਆਪਣੇ ਉਹਨੇ ਹਰੜਾ ਹੋੜਨਾ ਕਰੋ ਤਿਆਰ ਇਹਨਾਂ ਨੂੰ। ਅਤੇ ਇਹਨਾਂ ਨੂੰ ਤੁਸੀਂ ਲਿਆ ਕੇ ਥੋੜ੍ਹਾ ਜਿਹਾ ਪਾਣੀ ਵਿੱਚ ਇੱਕ ਵਾਰੀ ਧੋ ਲਿਆ ਕਰੋ ਜੀ, ਕਿਉਂਕਿ ਰੇਤਾ ਮਿੱਟੀ ਹੁੰਦਾ ਤਾਂ ਲਹਿ ਜਾਂਦਾ ਬਾਅਦ 'ਚ, ਇਹਨਾਂ ਨੂੰ ਸੁਕਾ ਲਏ। ਠੀਕ ਹੈ ਜੀ, ਆਹ ਲਓ ਜੀ ਘਿਓ ਹੋ ਗਿਆ ਗਰਮ ਪੂਰਾ, ਆਹ ਤਿੜਕਣ ਜੇ ਲੱਗ ਜਾਂਦਾ ਪਤਾ ਲੱਗ ਜਾਂਦਾ ਵੀ ਘਿਓ ਪੂਰਾ ਗਰਮ ਹੋ ਗਿਆ, ਹੈ ਨਾ। ਅਤੇ ਆਹ ਆਪਾਂ ਛਾਣਨੀ ਲਈ ਜੀ, ਅਤੇ ਵਿੱਚ ਪਾਤੀਆਂ ਜੀ ਇਹਦੇ ਹਰੜਾਂ, ਹਰੜਾਂ ਆਪਾਂ ਇੱਕ ਪੂਰ 'ਚ ਹੀ ਕੱਢ ਲੈਣੀਆਂ ਨੇ ਜਿਹੜੀਆਂ ਪਈਆਂ ਸੀ ਜੀ ਪਲੇਟ 'ਚ, ਵਾਰੀ ਵਾਰੀ ਨਹੀਂ ਆਪਾਂ ਇਹਨਾਂ ਨੂੰ ਉਹ ਕਰਨਾ ਹੈਗਾ। ਆਹ ਦੇਖੋ ਤੁਸੀਂ, ਅਤੇ ਹੁਣ ਆਪਾਂ ਨੇ ਕੀ ਕਰਨਾ ਜੀ, ਜਿਹੜੀਆਂ ਬਚੀਆਂ ਨੇ ਅਤੇ ਮੈਂ ਕਹਿੰਦੀ ਉਹ ਵੀ ਆਪਾਂ ਦੂਜੀਆਂ ਵੀ ਇਹਦੇ ਵਿੱਚ ਹੀ ਪਾ ਦਈਏ। ਲਓ ਜੀ ਇਹ ਹੋ ਗਈਆਂ ਜੀ ਇਹਦੇ ਵਿੱਚ ਗਰਮ ਪੂਰੀਆਂ, ਜਦੋਂ ਇਹ ਤਿਆਰ ਹੋ ਗਈਆਂ ਜੀ, ਇਹਨਾਂ ਨੇ ਫੁੱਲ ਕੇ ਬਾਹਰ ਆ ਜਾਣਾ, ਅਤੇ ਕਿਤੇ ਦੁੱਧ ਫੁੱਲ ਕੇ ਬਾਹਰ ਨਾ ਆ ਜੇ, ਆਪਾਂ ਉਹਦੀ ਵੀ ਨਿਗਾਹ ਰੱਖਣੀ ਹੈ ਜੀ ਜ਼ਰੂਰ, ਹੈ ਨਾ। ਅਤੇ ਦੁੱਧ ਦਾ ਇਹ ਨਹੀਂ ਪਤਾ ਹੁੰਦਾ, ਅਗਲਾ ਕਹਿੰਦਾ ਨਾ ਇਹ ਦੁੱਧ ਦਾ ਵਾਲਾ, ਉਹ ਗੱਲ ਹੈ, ਦੁੱਧ ਦੇ ਵਾਲੇ ਦਾ ਇਹ ਨਹੀਂ ਪਤਾ ਹੁੰਦਾ, ਜਦੋਂ ਝੱਗ ਜੀ ਮਾੜੀ ਜੀ ਬਣੀ ਜਾ ਤਾਂ ਉਹਦੀ ਨਿਗਾਹ ਰੱਖੋ, ਅਤੇ ਜਦੋਂ ਮਾੜਾ ਜਿਹਾ ਮੂੰਹ ਘੁਮਾਓ ਅਤੇ ਦੁੱਧ ਜੀ ਹੋਰੀ ਬਾਹਰ, ਸਾਰਾ ਕੁਛ ਆਪਣਾ ਸਾਰਾ ਕੁਛ ਤਹਿਸ ਨਹਿਸ ਹੋ ਜਾਂਦਾ ਹੈਗਾ। ਆਹ ਦੇਖੋ ਜੀ ਤੁਸੀਂ ਇਹ ਘਿਓ ਦੇ ਵਿੱਚ ਫੁੱਲ ਕੇ ਆ ਗਈਆਂ ਬਾਹਰ। ਠੀਕ ਹੈ ਜੀ, ਇਹ ਜਦੋਂ ਪੂਰਾ ਫੁੱਲ ਜਾਣਗੀਆਂ ਨਾ, ਤਾਂ ਆਪਾਂ ਨੂੰ ਪਤਾ ਲੱਗ ਜੂਗਾ ਵੀ ਇਹ ਪੱਕ ਗਈਆਂ ਵਧੀਆ, ਬਹੁਤ ਟੇਸਟੀ ਹੁੰਦੀਆਂ ਜੀ ਖਾਣ ਦੇ ਵਿੱਚ। ਅਗਰ ਤੁਸੀਂ ਇੱਕ ਹਰੜ ਰੋਜ਼ ਖਾਂਦੇ ਹੋ ਨਾ, ਤਾਂ ਤੁਹਾਡਾ ਪੇਟ ਕਦੇ ਨਹੀਂ ਖਰਾਬ ਹੁੰਦਾ। ਠੀਕ ਹੈ ਜੀ, ਇਹ ਬਹੁਤ ਚੰਗੀਆਂ ਹੁੰਦੀਆਂ ਨੇ, ਤੁਸੀਂ ਰਾਤ ਨੂੰ ਸੌਣ ਲੱਗਿਆਂ ਚੱਬਣੀ ਹੈ ਜੀ ਇੱਕ ਹਰੜ, ਇੱਕ ਤਾਂ ਇਹਦੇ ਨਾਲ ਮੂੰਹ ਸਾਰੀ ਰਾਤ ਸਾਫ਼ ਰਹੂਗਾ ਤੁਹਾਡਾ, ਅਤੇ ਇੱਕ ਇਹਦੇ ਨਾਲ ਪੇਟ ਵਧੀਆ ਹੋ ਜਾਂਦਾ ਜੀ, ਆਪਣਾ ਹਾਜ਼ਮਾ ਵਗੈਰਾ ਠੀਕ ਹੋ ਜਾਂਦਾ ਹੈਗਾ। ਅਤੇ ਇਹਨਾਂ ਨੂੰ ਹੁਣ ਇਹ ਡੱਡੂ ਜੇ ਬਣ ਗਏ ਜੀ, ਅਤੇ ਇਹਨਾਂ ਨੂੰ ਹੁਣ ਕੱਢ ਲਓ ਥੋੜ੍ਹੀਆਂ ਜਿਹੀਆਂ ਨਾ, ਕੱਢ ਕੇ ਅਤੇ ਇਹਨੂੰ ਕਿਸੇ ਪਲੇਟ 'ਚ ਪਾ ਲਓ ਜੀ। ਅਤੇ ਇਹ ਜਦੋਂ ਸੁੱਕ ਜੇ ਗਈਆਂ ਥੋੜ੍ਹਾ ਜਿਹਾ, ਅੱਠਰ ਜੇ ਗਈਆਂ, ਅਤੇ ਇਹਨਾਂ ਨੂੰ ਡੱਬੇ 'ਚ ਬੰਦ ਕਰਕੇ ਰੱਖ ਲਓ, ਇੱਕ ਆਪਦੇ ਕੱਢੋ ਜੀ, ਚੱਬੋ ਜੀ ਰਾਤ ਨੂੰ ਸਿਰਹਾਣੇ ਰੱਖ ਲਓ, ਅਤੇ ਉੱਤੋਂ ਦੀ ਪੀ ਲਓ ਪਾਣੀ, ਅਤੇ ਦੇਖੋ ਫਿਰ ਅਮਨ ਸ਼ਾਂਤੀ ਹੁੰਦੀ ਜੀ ਆਪਣੇ ਪੇਟ ਨੂੰ, ਹੈ ਨਾ। ਅਤੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਭਾਈ ਇਹਨੂੰ ਲਾਈਕ ਕਮੈਂਟ ਸ਼ੇਅਰ ਅਤੇ ਸੇਵ ਕਰਕੇ ਰੱਖ ਲਿਆ ਕਰੋ। ਅਤੇ ਠੀਕ ਹੈ ਜੀ, ਵੀਡੀਓ ਦੇਖਣ ਲਈ ਧੰਨਵਾਦ।